ਰੋਪੜ ਜ਼ਿਲ੍ਹੇ ਦੇ ਵਿੱਚ ਹੀ ਅੰਸਾਰੀ ਦੇ ਬੇਟੇ ਅਤੇ ਅੰਸਾਰੀ ਦੇ ਭਤੀਜੇ ਦੇ ਨਾਂ 'ਤੇ ਵਕਫ ਬੋਰਡ ਦੀ ਜ਼ਮੀਨ ਹੈ। ਹਾਂਜੀ ਅਬਾਸ ਅੰਸਾਰੀ ਉਹਦਾ ਨਾਂ। ਹਾਂਜੀ ਮੇਰੇ ਕੋਲ ਰਿਕਾਰਡ ਪਿਆ। ਹਾਂਜੀ ਇਹ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਵੈਸੇ ਹੀ ਅਸੀਂ ਪੰਜਾਬ ਨਾਲ ਦਿਲੋਂ ਜੁੜੇ ਹੋਏ ਹਾਂ। ਅਸੀਂ ਕੋਈ ਇੱਕ ਮਿੰਟ ਖੜੋ ਤਾਂ ਸਹੀ, ਜ਼ਮੀਨ ਸਾਰੀ ਦੱਸ ਦਿਆਂਗੇ। ਨਾ ਲਓ ਜੀ ਆਹ ਮੀਡੀਆ 'ਚ ਇਹਦੇ 'ਚ ਹੈ ਅਬਾਸ ਅੰਸਾਰੀ ਐਂਡ ਸ਼੍ਰੀ ਉਮਰ ਅੰਸਾਰੀ। ਕਿੱਥੋਂ ਦੀ ਹੈ ਜੀ? ਇਹ ਰੋਪੜ ਦੀ ਜ਼ਮੀਨ ਹੈ ਜੀ। ਆਹ ਸਾਰਾ ਜਿਹੜਾ ਵਕਫ ਬੋਰਡ ਦੀ ਜ਼ਮੀਨ ਹੈ ਅਤੇ ਉਮਰ ਅੰਸਾਰੀ ਇੱਕ ਭਤੀਜਾ ਇੱਕ ਬੇਟਾ। ਬਾਕੀ ਇਹ ਤਾਂ ਪਤਾ ਹੋਊ ਇਹਨਾਂ ਨੂੰ, ਰਣਿੰਦਰ ਨੂੰ ਪਤਾ ਹੋਊ ਕੌਣ ਕੌਣ ਨੇ। ਠੀਕ ਹੈ ਜੀ। ਇਹ ਇਸ ਤਰ੍ਹਾਂ ਪੰਜਾਬ ਨੂੰ ਲੁੱਟਦੇ ਰਹੇ ਹੈ। ਕੈਪਟਨ ਸਾਹਿਬ ਕਹਿੰਦੇ ਮੈਂ ਮਿਲੇ ਨਹੀਂ, ਇਹਦਾ ਮਤਲਬ ਤੁਸੀਂ ਤੁਹਾਡਾ ਬੇਟਾ ਅਸੀਂ ਲਟਾਈ ਗਿਆ ਫਿਰ ਕਿ ਜੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਸਾਡਾ। ਉਹ ਕਹਿੰਦੇ 9.5 ਸਾਲ ਮੁੱਖ ਮੰਤਰੀ ਰਹੇ, ਭਗਵੰਤ ਮਾਨ 1.5 ਸਾਲ ਹੋਇਆ। ਜਿੰਨਾ 9.5 ਸਾਲ 'ਚ ਗਏ ਸੀ ਉਹਨਾਂ ਮੈਂ 4 ਦਿਨਾਂ ਚਲਾ ਜਾਂਦਾ ਪੰਜਾਬ 'ਚ। ਇਹੋ ਜਿਹੇ ਤਜਰਬੇ ਦਾ ਕੀ ਕਰੀਏ ਵੀ ਅਸੀਂ? ਮੇਰੇ ਨਾਲ 3 ਸਾਲ MP ਰਹੇ ਨੇ ਕੈਪਟਨ ਸਾਹਿਬ, 2014 ਤੋਂ 2017 ਤੱਕ। ਉਹ ਅੰਮ੍ਰਿਤਸਰ ਤੋਂ MP ਸੀ, ਮੈਂ ਸੰਗਰੂਰ ਤੋਂ। ਮੇਰੀ ਹਾਜ਼ਰੀ 90% ਤੋਂ ਉੱਪਰ ਸੀ ਅਤੇ ਕੈਪਟਨ ਸਾਹਿਬ ਦੀ ਹਾਜ਼ਰੀ ਕਿੰਨੀ ਸੀ? ਜਿਹੜੇ ਕਹਿੰਦੇ ਅਸੀਂ ਤਜਰਬੇਕਾਰ ਹੁੰਦੇ ਹਾਂ, 6% ਲੋਐਸਟ ਇਨ ਇੰਡੀਆ। 6% ਹਾਜ਼ਰੀ ਸੀ। ਜਿੱਥੇ ਚੁਣੇ ਜਾਂਦੇ ਨੇ ਉੱਥੇ ਜਾਂਦੇ ਨਹੀਂ। MP ਚੁਣੇ ਗਏ, ਪਾਰਲੀਮੈਂਟ 'ਚ ਨਹੀਂ ਗਏ। MLA ਚੁਣੇ ਗਏ, ਵਿਧਾਨ ਸਭਾ 'ਚ ਨਹੀਂ ਗਏ। ਮੁੱਖ ਮੰਤਰੀ ਚੁਣੇ ਗਏ, ਸੈਕਟਰੀਏਟ 'ਚ ਨਹੀਂ ਆਏ, ਪੰਜਾਬ 'ਚ ਨਹੀਂ ਗਏ। ਇਹ ਕਾਹਦਾ ਤਜਰਬਾ ਬਈ ਫਿਰ? ਇਹੋ ਜਿਹੇ ਤਜਰਬੇ ਤੋਂ ਰੱਬ ਹੀ ਪਛਾਵੇ।